ਕਲਵੰਤ ਸਿੰਘ ਵਿਰਕ ਦੀ ਕਹਾਣੀ ਪੌਣਾ ਆਦਮੀ ਕਰਮਾ ਮਹਿਰਾ ਪਿੰਡ ਦਾ ਸਭ ਤੋਂ ਕਮਜ਼ੋਰ ਆਦਮੀ ਸੀ ਪਾਣੀ ਢੋਣ ਤੇ ਰੋਟੀਆਂ ਪਕਾਉਣ ਦਾ ਆਪਣਾ ਜੱਦੀ ਕੰਮ ਛੱਡ ਕੇ ਉਸ ਹਿੱਸੇ ਤੇ ਭੋਏ ਲੈ ਕੇ ਵਾਈ ਸ਼ੁਰੂ ਕੀਤੀ ਹੋਈ ਸੀ ਪਿੰਡ ਦੇ ਹੋਰ ਆਦਮੀਆਂ ਵਿੱਚੋਂ ਕੋਈ ਤਗੜਾ ਸੀ ਕੋਈ ਮਾੜਾ ਪਿੰਡ ਦੀ ਖੈ ਮਖੈ ਵਿੱਚ ਕਦੀ ਕੋਈ ਹੱਥਾਂ ਤੇ ਥੁੱਕਦਾ ਕਦੀ ਗੱਲ ਵੜਾ ਜਾਂਦਾ ਲੜਾਈ ਝਗੜੇ 'ਚ ਕਦੀ ਕੋਈ ਨੀਵੀਂ ਖਿੱਚਦਾ ਕੋਈ ਆਖੜ ਕੇ ਸ਼ਖਸੀਅਤ ਦਾ ਪੂਰਾ ਨਿਖਾਰ ਵਿਖਾਉਂਦਾ ਪਰ ਕਰਮੇ ਲਈ ਹਰ ਵੇਲੇ ਹਰ ਥਾਂ ਨੀਵੀਂ ਖੇਚਣਾ ਸੁਭਾਵਕ ਹੋ ਚੁੱਕਿਆ ਸੀ। ਇੱਕ ਰੋਜ਼ ਦੀ ਤੇ ਇੰਨੀ ਮਾਮੂਲੀ ਗੱਲ ਬਣ ਚੁੱਕੀ ਸੀ ਕਿ ਇਹਦਾ ਕੋਈ ਨਵਾਂ ਰੂਪ ਸੁਣਨ ਵਿੱਚ ਵੀ ਕਿਸੇ ਨੂੰ ਦਿਲਚਸਪੀ ਨਹੀਂ ਸੀ। ਕਰਮੇ ਨੂੰ ਲੱਤ ਹੇਠੋਂ ਲੰਘਾਉਣ ਨਾਲ ਕਿਸੇ ਆਦਮੀ ਦੀ ਇੱਜ਼ਤ 'ਚ ਭੋਰਾਵਾਦਾ ਨਹੀਂ ਹੋ ਸਕਦਾ ਸੀ। ਹਾਂ ਉਹ ਘਟ ਸਕਦੀ ਸੀ। ਕੋਈ ਆਦਮੀ ਜਿਹੜਾ ਪਿੰਡ 'ਚ ਕਿਸੇ ਗਿਣਨ ਮਿੱਥਣ ਵਿੱਚ ਆਉਂਦਾ ਹੋਵੇ ਕਰਮੇ ਨਾਲ ਉਲਝਿਆ ਆਪ ਹੌਲਾ ਹੁਣ ਉਹ ਨਹੀਂ ਬਚ ਸਕਦਾ ਸੀ ਹਾਂ ਛੋਟੇ ਛੋਟੇ ਮੁੰਡੇ ਉਹਦੀ ਕਮਜ਼ੋਰੀ ਤੋਂ ਫਾਇਦਾ ਉਠਾ ਲੈਂਦੇ ਸਨ ਉਹਦੇ ਡੱਕੇ ਹੋਏ ਘਾਜ ਆਪਣੇ ਡੰਗਰ ਚਾਰਨੋਂ ਜਾਂ ਉਹਦੀ ਖਰਬੂਜਿਆਂ ਦੀ ਕਿਆਰੀ ਵਿੱਚੋਂ ਖਰਬੂਜੇ ਤੋੜਨੋਂ ਨਹੀਂ ਝਿਜਕਦੇ ਸਨ ਜਦੋਂ ਕਰਮਾਂ ਦੋਨੋਂ ਵੇਖ ਕੇ ਉਹਨਾਂ ਵੱਲ ਭੱਜ ਕੇ ਆਉਂਦਾ ਤਾਂ ਅਗੋਂ ਆਕੜ ਕੇ ਖਿਲੋ ਜਾਂਦੇ ਆ ਜਾ ਫਿਰ ਵੇਖ ਲੈ ਅੱਜ ਹੱਥ ਕੋਈ ਮੁੰਡਾ ਉਹਨੂੰ ਵੰਗਾਰ ਕੇ ਆਖਦਾ ਤੇ ਕਰਮੇ ਦੀ ਦੌੜ ਮੱਠੀ ਪੈ ਜਾਂਦੀ ਸ਼ਾਇਦ ਉਸ ਵਿੱਚ ਸਾਹਮਣੇ ਆਕੀ ਹੋਏ ਖਲੋਤੇ ਨਿੱਕੇ ਜਿਹੇ ਮੁੰਡੇ ਜਿੰਨਾ ਜ਼ੋਰ ਵੀ ਨਹੀਂ ਸੀ ਜਾਂ ਫਿਰ ਉਸ ਮੁੰਡੇ ਦੀ ਸ਼ਕਲ ਵਿੱਚ ਉਹਨੂੰ ਉਹਦਾ ਕੋਈ ਵੱਡਾ ਭਰਾ ਜਾਂ ਪਿਓ ਦਿਸਦਾ ਤੇ ਉਸ ਦਾ ਖੂਨ ਪਾਣੀ ਬਣ ਜਾਂਦਾ ਲੱਤਾਂ ਧਰੂੰਦਾ ਉਸ ਮੁੰਡੇ ਤੱਕ ਅੱਪੜਦਾ ਤੇ ਫਿਰ ਗੋਹ ਨਾਲ ਉਸ ਵੱਲ ਵੇਖਦਾ ਹੋਇਆ ਬਨੋਟੀ ਦਾਬੇ ਜੇ ਨਾਲ ਕਹਿੰਦਾ ਇੱਥੇ ਡੰਗਰ ਕਿਉਂ ਛੱਡੇ ਨਹੀਂ ਇਹ ਘਾਤ ਆਸਰ ਰੱਖਿਆ ਹੋਇਆ ਛੱਡੇ ਨਹੀਂ ਫਿਰ ਅੱਗੋਂ ਮੁੰਡਾ ਆਖੜ ਕੇ ਕਹਿੰਦਾ ਤੇ ਫਿਰ ਕਰਮਾਂ ਗੱਲ ਨੂੰ ਗਲੋਂ ਲਾਉਣ ਲਈ ਕਹਿੰਦਾ ਹਲਾ ਮੈਨੂੰ ਕੀ ਪਤਾ ਸੀ ਤੇਰੇ ਕੋਲੇ ਵਿੱਚ ਵੀ ਪਾਣੀ ਪਿਆ ਹੋਇਆ ਹੈ ਕੋਲੇ 'ਚ ਪਾਣੀ ਪੈਣ ਦੇ ਕੀ ਅਰਥ ਸਨ ਇਹ ਸ਼ਾਇਦ ਕਰਮਾ ਵੀ ਨਹੀਂ ਦੱਸ ਸਕਦਾ ਸੀ ਪਰ ਅਟਾ ਸਟਾਏ ਸੀ ਕਿ ਤੂੰ ਵੀ ਜਵਾਨ ਹੋ ਗਿਆ ਹੈ ਤੇ ਆਪਣੀ ਤਾਕਤ ਦੀ ਪ੍ਰੀਖਿਆ ਕਰਨਾ ਚਾਹੁੰਦਾ ਹੈ ਇਹ ਗੱਲ ਸੁਣ ਕੇ ਸਾਰੇ ਮੁੰਡੇ ਹਸਪੰਦੇ ਤੇ ਕਰਮੇ ਦੀ ਨਮੋਸ਼ੀ ਰੋਲੇ 'ਚ ਪੈ ਜਾਂਦੀ ਜਿਸ ਤਰ੍ਹਾਂ ਕਰਮਾ ਆਪ ਮਾੜਾ ਸੀ ਇਸੇ ਤਰ੍ਹਾਂ ਉਹਦੇ ਮੁੰਡੇ ਵੀ ਮਾੜੇ ਸਨ ਜੱਟਾਂ ਦੇ ਨਿੱਕੇ ਨਿੱਕੇ ਉੱਠ ਰਹੇ ਮੁੰਡੇ ਉਹਨਾਂ ਨੂੰ ਢਾਕੇ ਆਪਣੇ ਸਵੈਮਾਨਚਾ ਵਾਅਦਾ ਕਰਦੇ ਉਹਨਾਂ ਵਿੱਚੋਂ ਕਿਸੇ ਨੂੰ ਲੰਘਦਾ ਵੇਖਦੇ ਸਾਰੇ ਸਾਰੇ ਮੁੰਡਿਆਂ ਦਾ ਕੁਲਣ ਨੂੰ ਜੀ ਕਰ ਆਉਂਦਾ। ਉਹਦੇ ਛੱਡ ਵੀ ਛੱਡ ਵੀ ਆਖਦੇ ਆਖਦੇ ਆ ਕੋਈ ਨਿੱਕਾ ਜਿਹਾ ਮੁੰਡਾ ਪੱਟ ਤੇ ਥਾਪੀਆਂ ਮਾਰਦਾ ਉਹਨੂੰ ਜ਼ਮੀਨ ਤੇ ਲਟਾ ਦਿੰਦਾ। ਕਰਮੇ ਦੇ ਸੰਢਿਆਂ ਦਾ ਵੀ ਇਹੋ ਹਾਲ ਸੀ। ਸਾਰੇ ਜੋਤਰੇ 'ਚ ਕਰਮਾ ਉਹਨਾਂ ਨਾਲ ਮਸਾਂ ਤਿੰਨ ਕਨਾਲਾਂ ਭੋਏਵਾ ਸਕਦਾ। ਨਾ ਉਹਨਾਂ ਦਾ ਟੋਰਨ ਨੂੰ ਜੀ ਕਰਦਾ ਤੇ ਨਾ ਕਰਮੇ ਦਾ ਉਹਨਾਂ ਨੂੰ ਟੋਰਨ ਨੂੰ। ਹਲਾਂ ਦੀਆਂ ਮੰਗੀਆਂ ਵਿੱਚ ਜਿੱਥੇ ਬਹੁਤ ਸਾਰੇ ਹਾਲ ਹੁੰਦੇ ਕਰਮੇ ਦੀ ਜੋਗ ਹੋਰ ਜੋਗਾ ਦੇ ਕਦਮ ਰੋਕ ਛੜਦੀ ਸੀ ਇਹੋ ਜੇ ਮੌਕਿਆਂ ਤੇ ਉਹਨਾਂ ਨੂੰ ਇੱਕ ਵੱਖਰਾ ਭੋਜਨ ਦਾ ਟੋਟਾ ਵਾਣ ਨੂੰ ਦੇ ਦਿੱਤਾ ਜਾਂਦਾ ਚੁਗਣ ਲੱਗਿਆਂ ਵੀ ਦੂਜੇ ਡੰਗਰ ਉਹਨਾਂ ਨੂੰ ਆਪਣੇ ਨੇੜੇ ਚੁਗਣ ਨਹੀਂ ਦਿੰਦੇ ਸੀ ਸਵੱਟੋ ਢਮਾਰ ਕੇ ਦੂਰ ਭਜਾ ਦਿੰਦੇ ਕਰਮੇ ਦੇ ਸਾਰੇ ਚੁਗਿਰਦੇ ਵਿੱਚ ਜੇ ਕੋਈ ਜਿੰਦ ਵਾਲਾ ਜੀ ਸੀ ਤਾਂ ਉਸੇ ਕਰਮੇ ਦੀ ਵੋਟੀ ਮਾਲਣ ਮਾਲਣ ਕਰਮੇ ਦੀਆਂ ਹਿੱਸੇ ਤੇ ਲਈਆਂ ਪਹਿਲੀਆਂ ਵਿੱਚੋਂ ਸਬਜ਼ੀਆਂ ਖੋ ਕੇ ਪਿੰਡ 'ਚ ਵੇਚਦੀ ਤੇ ਇਸ ਤਰ੍ਹਾਂ ਦੁਪਹਿਰ ਤੱਕ ਬਹੁਤ ਸਾਰੀ ਕਣਕ ਇਕੱਠੀ ਕਰ ਲੈਂਦੀ ਆ ਆਮ ਖਿਆਲ ਇਹ ਸੀ ਕਿ ਟੱਬਰ ਦੀਆਂ ਰੋਟੀਆਂ ਮਾਲਣ ਦੀ ਚਤਰਾਈ ਤੇ ਦੌੜ ਭੱਜ ਵਿੱਚ ਵੀ ਨਿਕਲਦੀਆਂ ਨੇ ਕਰਮੇ ਦੀ ਵਾਹੀ ਵਿੱਚੋਂ ਨਹੀਂ ਆਪਣੀ ਚੁਸਤੀ ਤੇ ਮਿਹਨਤ ਕਰਕੇ ਮਾਲਣ ਪਿੰਡ ਦੇ ਵਾਤਾਵਰਣ ਚ ਖਿਲਰੀ ਰਹਿੰਦੀ ਲੋਕਾਂ ਦੀਆਂ ਗੱਲਾਂ ਬਾਤਾਂ ਵਿੱਚ ਉਹਦਾ ਨਾਂ ਆਉਂਦਾ ਰਹਿੰਦਾ ਜ਼ਰਾ ਖਲੋ ਜਾ ਯਾਰਾ ਮੈਂ ਵੀ ਨਾਲਾਂ ਇਕੱਠੇ ਚੱਲਾਂਗੇ ਪਿੰਡ ਦੇ ਖੂਹ ਤੇ ਨਹਾਉਂਦਾ ਕੋਈ ਗਬਰੇਟਾ ਦੂਜੇ ਨੂੰ ਕਹਿੰਦਾ ਵਾ ਆ ਜਾਈ ਤੂੰ ਕਿਹੜਾ ਮੇਰੇ ਖੰਧਾੜੇ ਚੜ ਕੇ ਜਾਣਾ ਟੁੱਕ ਦੀ ਬੁਰਕੀ ਮੂੰਹ 'ਚ ਪਾਈਏ ਚੱਲ ਕੇ ਉਹ ਅੱਗੋਂ ਜਵਾਬ ਦਿੰਦਾ ਤੇ ਫਿਰ ਕੋਲ ਖੜਾ ਕੋਈ ਤੀਸਰਾ ਚੋਟ ਲਾਉਂਦਾ ਇਹ ਨਹੀਂਓ ਖਲਾਉਂਦਾ ਹੁਣ ਇਹਨੂੰ ਤੇ ਘਰ ਮਾਲਣ ਦੇ ਟਿੰਡੇ ਉਡੀਕਦੇ ਨਹੀਂ ਤੇ ਮਾਲਣ ਤੋਂ ਲੈ ਕੇ ਰਿੰਨੀ ਹੋਈ ਸਬਜ਼ੀ 'ਚ ਬਹੁਤਾ ਸੁਆਦ ਸਮਝਿਆ ਜਾਂਦਾ ਸੀ ਤੇ ਫਿਰ ਇੱਕ ਸਾਲ ਕਰਮੇ ਨੇ ਆਪਣੀ ਪਹਿਲੀ ਜ਼ਮੀਨ ਛੱਡ ਕੇ ਸਰਦਾਰ ਭੁਪਿੰਦਰ ਸਿੰਘ ਦੀ ਜ਼ਮੀਨ ਹਿੱਸੇ ਤੇ ਲੈ ਲਈ ਇਹ ਸਰਦਾਰ ਪੜਿਆ ਹੋਇਆ ਸੀ ਤੇ ਆਪਣੀ ਪੜ੍ਹਾਈ ਦੇ ਦਿਨਾਂ ਵਿੱਚ ਵੀ ਕਾਂਗਰਸ ਪਾਰਟੀ ਦਾ ਕੰਮ ਕਰਦਾ ਹੁੰਦਾ ਸੀ ਹੁਣ ਵੀ ਉਹਦੀ ਰੁਚੀ ਉਸੇ ਪਾਸੇ ਹੀ ਰਹਿੰਦੀ। ਕਾਂਗਰਸ ਦਾ ਪ੍ਰਪਾਗੈਂਡਾ ਕਰਨ ਦੀ ਤੇ ਲੋਕਾਂ ਨੂੰ ਉਸ ਵੱਲ ਪ੍ਰੇਰਣ ਦੀ ਉਸ 'ਚ ਬੜੀ ਲਗਨ ਸੀ। ਕਰਮੇ ਨੂੰ ਤੇ ਪਿੰਡ ਦੇ ਹੋਰ ਲੋਕਾਂ ਨੂੰ ਅਖਬਾਰ ਪੜ੍ਹ ਕੇ ਸੁਣਾਉਂਦਾ ਤੇ ਗੱਲਾਂ-ਬਾਤਾਂ ਨਾਲ ਉਹਨਾਂ ਵਿੱਚ ਕਾਂਗਰਸ ਦਾ ਸਾਥ ਦੇਣ ਦਾ ਹੌਸਲਾ ਪਰਦਾ ਰਹਿੰਦਾ। ਪਿੰਡ ਦੇ 8-10 ਜੋਸ਼ੀਲੇ ਆਦਮੀ ਤੇ ਨੰਗੇ-ਨੰਗੇ ਉਹਦੇ ਨਾਲ ਸਨ ਜਿਹੜੇ ਇੰਨੇ ਮਲੰਗ ਨਹੀਂ ਹੋਏ ਸਨ। ਉਹ ਵੀ ਪਿੰਡ ਦੇ ਵਾਈਊ ਮੰਡਲ 'ਚ ਇਨ੍ਹਾਂ ਖਿਆਲਾਂ ਦੀ ਖੋਦ ਕਰਕੇ ਆਪਣੇ ਅੰਦਰ ਤਾਕਤ ਮਹਿਸੂਸ ਕਰਦੇ। ਕਰਮਾ ਵੀ ਇਹਨਾਂ ਗੱਲਾਂ ਦੇ ਅਸਰ ਹੇਠ ਆ ਰਿਹਾ ਸੀ। ਆਪਣੇ ਨਵੇਂ ਖਿਆਲਾਂ ਕਰਕੇ ਉਹ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਵਿਰੁੱਧ ਲੜ ਰਏ ਯੋਧਿਆਂ ਦੀ ਭਾਲ ਚ ਖੜਾ ਦੇਖਦਾ ਸੀ। ਗਾਂਧੀ ਤੇ ਨਹਿਰੂ ਉਹਦੇ ਸੱਜੇ ਖੱਬੇ ਖੜੇ ਸਨ। ਵੱਡੇ ਦੁਸ਼ਮਣਾਂ ਦੇ ਵੱਡੇ ਖਤਰਿਆਂ ਦੇ ਸਾਹਮਣੇ ਹੋਣ ਕਰਕੇ ਉਸ ਪਿੰਡ ਦੇ ਛੋਟੇ ਲੋਕਾਂ ਤੋਂ ਡਰਨਾ ਛੱਡ ਦਿੱਤਾ ਸੀ। ਪਿੰਡ 'ਚ ਕੋਈ ਵੱਡਾ ਛੋਟਾ ਜਾਂ ਤਾਕਤਵਰ ਕਮਜ਼ੋਰ ਨਹੀਂ ਸੀ ਇੱਥੇ ਅਮੀਰ ਗਰੀਬ ਸਾਰਿਆਂ ਨੂੰ ਪਰਦੇ ਹੀ ਨਹੀਂ ਦਿਸਦੇ ਹੁਣ ਉਹ ਜ਼ਿਮੀਂਦਾਰਾਂ ਨਾਲ ਮੰਜੀ ਤੇ ਬੈਠਣ ਲੱਗ ਪਿਆ ਸੀ ਤੇ ਇੱਕ ਦਿਨ ਜਦ ਪਿੰਡਾਂ ਵਿੱਚ ਜਦ ਪਿੰਡ ਵਿੱਚ ਬਾਜੀਗਰਾਂ ਨੇ ਬਾਜੀ ਪਾਉਣੀ ਸੀ ਤਾਂ ਉਹਨੇ ਪਰੇ ਪਰੇ ਵਿੱਚ ਕਹਿ ਦਿੱਤਾ ਸੀ ਕਿ ਭਾਵੇਂ ਕੋਈ ਜ਼ਿਮੀਂਦਾਰ ਹੋਵੇ ਭਾਵੇਂ ਕੰਮੀ ਉਹਦੀ ਜਿੱਥੇ ਮਰਜ਼ੀ ਹੋਵੇ ਮੰਜੀ ਢਾ ਕੇ ਬਾਜੀ ਵੇਖੇ बाजी ਪੈਂਦੀ ਤੇ ਕਿਸੇ ਦੀ ਮੰਜੀ ਚੁਕਾਈ ਨਾ ਜਾਵੇ ਤੇ ਜ਼ਿਮੀਂਦਾਰਾਂ ਨੇ ਇਹ ਕਹਿ ਕੇ ਉਹਦੀ ਗੱਲ ਮੰਨ ਲਈ ਸੀ ਕਿ ਬਾਜੀ ਸਾਰੇ ਪਿੰਡ ਦੇ ਵੇਖਣ ਲਈ ਪੈਣੀ ਹੈ ਪੈਸੇ ਕਿਸੇ ਨੇ ਆਪਣੀ ਮਰਜ਼ੀ ਨਾਲ ਤੇ ਸੋਭਾ ਲਈ ਦੇਣੇ ਨਹੀਂ ਕਿਸੇ ਦੀ ਮੰਜੀ ਚੁਕਾਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਇਹ ਮਾੜਾ ਕੰਮ ਹੈ ਇਹ ਸਾਰਾ ਅਸਰ ਭੁਪਿੰਦਰ ਸਿੰਘ ਦੇ ਪ੍ਰਚਾਰ ਦਾ ਸੀ ਉਹਨਾਂ ਦੀ ਪਰ ਅਧੀਨਤਾ ਕਰਕੇ ਕਰਮੇ ਨੂੰ ਸਾਰੇ ਲੋਕਾਂ ਨਾਲ ਕੁਝ ਹਮਦਰਦੀ ਜੀ ਹੋ ਗਈ ਸੀ ਇਸ ਲਈ ਉਸ ਤੋਂ ਉਹਨਾਂ ਦਾ ਡਰ ਲੈ ਗਿਆ ਸੀ ਇਸ ਵੇਲੇ ਸਾਡੀ ਕਿਸੇ ਦੀ ਕੋਈ ਹਸਤੀ ਨਹੀਂ ਭੁਪਿੰਦਰ ਸਿੰਘ ਉਹਨੂੰ ਦੱਸਦਾ ਸਾਡਾ ਕੋਈ ਕਰੋੜਪਤੀ ਕਿਸੇ ਆਜ਼ਾਦੀ ਮੁਲਕ ਦੇ ਇੱਕ ਗਰੀਬ ਆਦਮੀ ਦੇ ਬਰਾਬਰ ਨਹੀਂ ਤਲ ਸਕਦਾ ਆਪਣੀ ਇਸ ਗੱਲ ਦੀ ਪੁਸ਼ਟੀ ਲਈ ਉਹ ਇੱਕ ਘਟਨਾ ਸੁਣਾਉਂਦਾ ਹੁੰਦਾ ਕਹਿੰਦੇ ਨੇ ਬੰਬਈ ਦੇ ਇੱਕ ਸਮੁੰਦਰੀ ਜਹਾਜ਼ ਬਣਾਉਣ ਦੇ ਕਾਰਖਾਨੇ ਦਾ ਮਾਲਕ ਬੁਲਾਇਤ ਗਿਆ ਉੱਥੇ ਉਹਦੇ ਕਾਰਖਾਨੇ ਤੇ ਦੌਲਤ ਬਾਰੇ ਬਹੁਤ ਕਹਾਣੀਆਂ ਚੱਲੀਆਂ ਲੋਕੀ ਉਹਨੂੰ ਪੁੱਛਦੇ ਸਨ ਕਿ ਤੇਰੇ ਕੋਲ ਕਿੰਨਾ ਕੁ ਰੁਪਇਆ ਹੈ ਬਜਾਏ ਇਹ ਦੇ ਕਿ ਆਪਣੇ ਰੁਪਏ ਦੇ ਹਿਸਾਬ ਕਿਤਾਬ ਚ ਪੈਂਦਾ ਤੇ ਵਿਲਾਇਤ ਦੇ کارਖਾਨੇ ਵਾਲਿਆਂ ਨਾਲ ਆਪਣਾ ਮੁਕਾਬਲਾ ਕਰਦਾ ਉਹਨੇ ਸਿੱਧਾ ਕਿਹਾ ਇੱਕ ਅਸਵਤੰਤਰ ਆਦਮੀ ਕੋਲ ਮਾਇਆ ਹੋਣ ਦੇ ਵੀ ਕੁਝ ਅਰਥ ਨਹੀਂ ਮੈਂ ਤੇ ਆਪਣੇ ਘਰ ਦਾ ਵੀ ਮਾਲਕ ਨਹੀਂ ਮੈਂ ਪੂਰਾ ਆਦਮੀ ਹੀ ਨਹੀਂ ਆ ਅਖੀਰ ਇਸ ਪਿੰਡ ਦੀਆਂ ਤੇ ਹੋਰ ਨਾਲ ਲੱਖਾਂ ਪਿੰਡਾਂ ਤੇ ਸ਼ਹਿਰਾਂ ਦੀਆਂ ਸੱਦਰਾਂ ਰੰਗ ਲਿਆਈਆਂ ਤੇ ਦੇਸ਼ ਆਜ਼ਾਦ ਹੋ ਗਿਆ ਸਾਰੇ ਹਿੰਦੁਸਤਾਨੀ ਆਜ਼ਾਦ ਹੋ ਗਏ ਸਰਦਾਰ ਭੁਪਿੰਦਰ ਦੇ ਨਾਲ ਕਰਮਾ ਵੀ ਆਜ਼ਾਦ ਹੋ ਗਿਆ। ਆਜ਼ਾਦ ਹੋ ਕੇ ਵੀ ਉਹ ਉਸੇ ਤਰ੍ਹਾਂ ਹਿੱਸੇ ਤੇ ਲਈ ਹੋਈ ਜ਼ਮੀਨ ਚ ਵਾਹੀ ਕਰੀ ਗਿਆ ਪਰ ਉਹਦੀ ਸੂਝ-ਬੂਝ ਤੇ ਸਵੈਮਾਨ ਵਧ ਰਿਹਾ ਸੀ। ਇੱਕ ਦਿਨ ਪਿੰਡ ਚ ਖੇਤੀਬਾੜੀ ਵਿਭਾਗ ਦੇ ਕੁਝ ਕਰਮਚਾਰੀ ਆਏ। ਉਹ ਲੋਕਾਂ ਨੂੰ ਸਾਂਝੀ ਖੇਤੀ ਵੱਲ ਪ੍ਰੇਰਨ ਲਈ ਆਏ ਸਨ। ਉਹ ਇਹ ਚਾਹੁੰਦੇ ਸਨ ਕਿ ਕਰਮੇ ਦਾ ਸਾਰਾ ਪਿੰਡ ਮਿਲ ਕੇ ਇਕੱਠੀ ਵਾਹੀ ਕਰੇ। ਪਿੰਡ ਦੀ ਹਵੇਲੀ 'ਚ ਇਕੱਠੇ ਹੋਏ ਆਦਮੀਆਂ ਨੂੰ ਉਹਨਾਂ ਆਪਣੀਆਂ ਗੱਲਾਂ-ਬਾਤਾਂ ਦਸੀਆਂ। ਖੇਤੀ ਦੇ ਪ੍ਰਚਲਿਤ ਤਰੀਕਿਆਂ ਨਾਲ ਤੁਹਾਡੀ ਹਾਲਤ ਬਹੁਤ ਬਹੁਤੀ ਤਰੱਕੀ ਦੀ ਉਮੀਦ ਨਹੀਂ ਹੋ ਸਕਦੀ ਉਹਨਾਂ ਸਮਝਾਇਆ ਹੁਣ ਤੇ ਨਵੀਆਂ ਲੀਹਾਂ ਤੇ ਚੱਲਿਆਂ ਹੀ ਕੁਝ ਪੈਰ ਅੱਗੇ ਨੂੰ ਜਾ ਸਕਦਾ ਹੈ ਪਿੰਡ ਦੀ ਸਾਰੀ ਜ਼ਮੀਨ ਨੂੰ ਤੁਸੀਂ ਇਕੱਠਾ ਕਰਕੇ ਕੋਈ ਫਾਰਮ ਬਣਾ ਦਿਓ ਇਸ ਤਰ੍ਹਾਂ ਤੁਹਾਨੂੰ ਖੇਤੀ ਦੇ ਨਵੇਂ ਤਰੀਕੇ ਚ ਚਲਾਉਣ ਲਈ ਮناسب ਰਕਬਾ ਮਿਲ ਜਾਏਗਾ ਅੱਜ ਕੱਲ ਦੇ ਤਰੀਕੇ ਚ ਫਾਰਮ ਛੋਟੀ ਹੋਣ ਦੇ ਇਲਾਵਾ ਇੱਕ ਘਾਟਾ ਇਹ ਹੈ ਕਿ ਜੋ ਜ਼ਮੀਨ ਦਾ ਮਾਲਕ ਹੈ ਉਹੀ ਉਸ ਵਿੱਚ ਖੇਤੀ ਉਗਾਉਣ ਦਾ ਬੰਦੋਬਸਤ ਕਰਦਾ ਹੈ ਪਰੇ ਜ਼ਰੂਰੀ ਨਹੀਂ ਕਿ ਮਾਲਕ ਵਿੱਚ ਜ਼ਮੀਨ ਤੋਂ ਵੱਧ ਲਾਭ ਉਠਾਣ ਦੀ ਅਕਲ ਹੋਵੇ ਸਾਂਝੀ ਵਾਲਤਾ ਨਾਲ ਮਾਲਕ ਤੇ ਮੈਨੇਜਰ ਹੋਰ-ਹੋਰ ਹੋ ਜਾਂਦੇ ਆ ਇਸ ਤਰ੍ਹਾਂ ਯੋਗ ਕੰਮ ਯੋਗ ਆਦਮੀਆਂ ਦੇ ਹੱਥ ਸੌਂਪਿਆ ਜਾਂਦਾ ਤੇ ਅਖੀਰ ਵਦੇਰੇ ਦਲੇਰੀ ਦਿੰਦੇ ਆ ਉਹਨਾਂ ਕਿ ਆ ਅਸੀਂ ਮੰਨਦੇ ਆ ਕਿ ਇਸ ਕੰਮ ਦੇ ਆਰੰਭ ਵਿੱਚ ਤੁਹਾਨੂੰ ਔਕੜਾਂ ਆਉਣਗੀਆਂ ਪਰ ਜਦੋਂ ਜ਼ਮੀਨ ਦੀ ਉਪਜ ਵਧੇਗੀ ਤਾਂ ਬਹੁਤ ਸਾਰੀਆਂ ਔਕੜਾਂ ਆਪ ਹੀ ਹੱਲ ਹੋ ਜਾਣਗੀਆਂ ਤੇ ਫਿਰ ਉਹਨਾਂ ਕੁਝ ਹੋਰ ਗੱਲਾਂ-ਬਾਤਾਂ ਦਸੀਆਂ ਉਸ ਪਿੰਡ ਦੀ ਭੁਆਣ ਲਈ ਕਪਾਹ ਦਾ ਕਿਹੜਾ ਬੀਜ ਚੰਗਾ ਸੀ ਕਣਕ ਦਾ ਕਿਹੜਾ ਉਹਨਾਂ ਦੀ ਨਹਿਰ ਕਦੋਂ ਬੰਦ ਹੋ ਜਾਏਗੀ ਤੇ ਉਸ ਵਿੱਚ ਫੇਰ ਕਦੋਂ ਪਾਣੀ ਆਏਗਾ ਕਿਸ-ਕਿਸ ਦਾ ਨਹਿਰੀ ਮਾਮਲਾ ਖਰਾਬ ਖਰਾਬੀ ਕਰਕੇ ਮਾਫ ਹੋ ਗਿਆ ਤੇ ਕਿਸ-ਕਿਸ ਦਾ ਨਹੀਂ ਹੋਇਆ ਆਪਣਾ ਕੰਮ ਖਤਮ ਕਰਕੇ ਕਰਮਚਾਰੀ ਵਾਪਸ ਟਰਪੇ ਰਸਤੇ 'ਚ ਕਰਮਾਂ ਤੇ ਦੋ ਹੋਰ ਮੁਜਾਰੇ ਗਲੀ 'ਚ ਇੱਕ ਪਾਸੇ ਲੱਕੜਾਂ ਤੇ ਬੈਠੇ ਸਨ ਜ਼ਿਮੀਂਦਾਰ ਦਾ ਉੱਚਾ ਮਕਾਨ ਗਲੀ 'ਚ ਉਹਨਾਂ ਉੱਤੇ ਛਾਂ ਕਰ ਰਿਹਾ ਸੀ ਉਪਰੇ ਆਦਮੀ ਪਿੰਡ 'ਚ ਵੇਖ ਕੇ ਉਹਨਾਂ ਨੂੰ ਨਮਸਕਾਰ ਕੀਤੀ ਕਰਮਚਾਰੀ ਵੀ ਉਹਨਾਂ ਕੋਲ ਆ ਕੇ ਖੜੇ ਹੋ ਗਏ ਕਰਮਾ ਉਹਨਾਂ ਨੂੰ ਜਾਣਦਾ ਨਹੀਂ ਸੀ ਪਰ ਉਪਰੇ ਆਦਮੀ ਹੋਣ ਕਰਕੇ ਉਹਨਾਂ ਨੂੰ ਜਾਣਨ ਦਾ ਚਾਹਵਾਨ ਜ਼ਰੂਰ ਸੀ ਕੋਈ ਲੱਸੀ ਪਾਣੀ ਲਿਆਵੀਏ ਉਹਨੇ ਗੱਲ ਛੇੜਨ ਲਈ ਕਿਹਾ ਨਹੀਂ ਕੋਈ ਨਹੀਂ ਤਰੇ ਨਹੀਂ ਹੁਣੇ ਇੱਥੋਂ ਪੀਤੀ ਹੈ ਇੱਥੋਂ ਕਿੱਥੋਂ ਕਿਨਾਂ ਵੱਲ ਆਏ ਸੋ ਕਿਸੇ ਇੱਕ ਵੱਲ ਤੇ ਖਾਸ ਨਹੀਂ ਸਾਰੇਆਂ ਵੱਲ ਹੀ ਆਏ ਸਨ ਅਸੀਂ ਸਰਕਾਰ ਦੇ ਖੇਤੀਬਾੜੀ ਦੇ ਵਿਭਾਗ ਦੇ ਕਰਮਚਾਰੀ ਆ ਇੱਥੇ ਗੱਲਾਂ ਬਾਤਾਂ ਦੱਸਣ ਆਏ ਸੀ ਸਾਨੂੰ ਵੀ ਕੁਝ ਦੱਸੀ ਜਾਓ ਅਸੀਂ ਵੀ ਤਿੰਨੇ ਵਾਈ ਕਰਨੇ ਆ ਹਿੱਸੇ ਤੇ ਲੈ ਕੇ ਭੋਇ ਵੰਨੇ ਆ ਦੱਸਣ ਤੋਂ ਤੇ ਸਾਡੀ ਕੋਈ ਨਾ ਨਹੀਂ ਦੱਸਣ ਲਈ ਹੀ ਇੱਥੇ ਆਏ ਸਾਂ ਪਰ ਅਸੀਂ ਤੇ ਪਿੰਡ ਦੀ ਵਾਈ ਸਾਂਝੀ ਕਰਨ ਦੀਆਂ ਗੱਲਾਂ ਕਰਦੇ ਆਏ ਆ ਤੇ ਇਹ ਗੱਲਾਂ ਮੁਜਾਰਿਆਂ ਦੇ ਕੰਮ ਦੀਆਂ ਨਹੀਂ ਇਹ ਤੇ ਠੀਕ ਹੈ ਕਿ ਭੋਏ ਤੁਹਾਡੇ ਕਬਜ਼ੇ ਚ ਹੁੰਦੀ ਹੈ ਤੇ ਤੁਹਾਡੇ ਨਾਲ ਮਿਲ ਕੇ ਹੀ ਆਪਣਾ ਰੰਗ ਦਿਖਾਉਂਦੀ ਹੈ ਪਰ ਤੁਸੀਂ ਆਪਣੇ ਆਪ ਸਾਂਝੀ ਵਾਈ ਦਾ ਸਿਲਸਿਲਾ ਤਾਂ ਨਹੀਂ ਨਾ ਚਲਾ ਸਕਦੇ ਹੋਰ ਗੱਲਾਂ ਅਸਾਂ ਬੀਆਂ ਦੀਆਂ ਦਸੀਆਂ ਨੇ ਭੋਏ ਤੇ ਭਾਵੇਂ ਤੁਸੀਂ ਤਿਆਰ ਕਰਦੇ ਹੋ ਪਰ ਬੀ ਦੇ ਮਾਲਕ ਹੀ ਖਰੀਦ ਕੇ ਲਏਗਾ ਤੇ ਮਾਮਲਾ ਵੀ ਮਾਲਕ ਹੀ ਤਾਰੇਗਾ ਜੋ ਕੁਝ ਅਸਾਂ ਉੱਥੇ ਦੱਸਿਆ ਉਹ ਸਾਰਾ ਇਹ ਨਾ ਗੱਲਾਂ ਬਾਰੇ ਹੀ ਸੀ ਹੂੰ ਠੀਕ ਕਰਮ ਨੇ ਇੱਕ ਲੰਮਾ ਸਾਲ ਲੈ ਕੇ ਦੋ ਅੱਖਰ ਠਹਿਰ ਠਹਿਰ ਕੇ ਮੂੰਹ ਕੱਢੇ ਤੇ ਨਾਲ ਹੀ ਆਪਣੇ ਸਿਰ ਨੂੰ ਤਾਂ ਤੋਂ ਹੇਠਾਂ ਵੱਲ ਹੌਲੀ ਹੌਲੀ ਦੋ ਤਿੰਨ ਵਾਰ ਹਿਲਾਇਆ ਤੇ ਇਸ ਤਰ੍ਹਾਂ ਮੁਲਾਕਾਤ ਖਤਮ ਕਰ ਦਿੱਤੀ ਕਰਮਚਾਰੀ ਖੁਸ਼ ਸਨ ਕਿ ਉਹਨਾਂ ਨੇ ਇੰਨੀ ਛੇਤੀ ਆਪਣੀ ਗੱਲ ਸਮਝਾ ਲਈ ਐ ਪਰ ਕਰਮੇ ਦਾ ਮਨ ਕਿਸੇ ਹੋਰ ਪਾਸੇ ਤੁਰ ਪਿਆ ਸੀ ਆਜ਼ਾਦੀ ਪਿੱਛੋਂ ਕਰਮੇ ਨੂੰ ਸੌ ਤਰ੍ਹਾਂ ਦੀ ਹੱਕ ਸਹੂਲਤਾਂ ਦਿੱਤੀਆਂ ਗਈਆਂ ਸਨ ਪਰ ਧਰਤੀ ਦੇ ਜਿਸ ਟੁਕੜੇ ਨੂੰ ਉਹ ਹਰ ਵੇਲੇ ਬਣਾਉਂਦਾ ਸਵਾਰਦਾ ਰਹਿੰਦਾ ਸੀ ਜਿਸ ਛੁਗੇ ਦਰਖਤਾਂ ਦੀਆਂ ਟਹਿਣੀਆਂ ਉਹ ਘਰ ਬੈਠਾ ਗਿਣ ਸਕਦਾ ਸੀ ਜਿਦੀ ਕਿਸੇ ਵੱਟ ਦਾ ਕੋਈ ਡਿੰਗ ਉਹਦੀ ਅੱਖ ਵਿੱਚ ਰੜਕਦਾ ਰਹਿੰਦਾ ਸੀ ਜਿਹਦੇ ਉੱਚੇ ਨੀਵੇਂ ਥਾਂ ਉਹਨੂੰ ਇਸ ਤਰ੍ਹਾਂ ਚੁਭਦੇ ਸੰਜਵੇਂ ਕਿਸੇ ਸ਼ੌਕੀਨ ਆਦਮੀ ਦੇ ਕੱਪੜੇ ਦੇ ਦਾਗ ਉਸ ਧਰਤੀ ਤੇ ਉਹਦਾ ਕੋਈ ਵੀ ਹੱਕ ਨਹੀਂ ਸੀ ਜਹਾਜ਼ਾਂ ਦੇ ਕਾਰਖਾਨੇ ਦੇ ਮਾਲਕ ਦੀ ਜਿਹੜੀ ਗੱਲ ਭੁਪਿੰਦਰ ਸਿੰਘ ਨੇ ਦੱਸੀ ਸੀ ਉਹਨੂੰ ਯਾਦ ਆ ਰਹੀ ਸੀ ਇੱਕ ਅਸਵਤੰਤਰ ਆਦਮੀ ਕੋਲ ਮਾਇਆ ਹੋਣ ਦੇ ਵੀ ਕੋਈ ਅਰਥ ਨਹੀਂ ਮੈਂ ਤੇ ਆਪਣੇ ਘਰ ਦਾ ਵੀ ਮਾਲਕ ਨਹੀਂ ਮੈਂ ਪੂਰਾ ਆਦਮੀ ਨਹੀਂ ਹਾਂ ਕਰਮੇ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਭਗਵੰਦਰ ਸਿੰਘ ਦੀ ਦੱਸੀ ਹੋਈ ਆਜ਼ਾਦੀ ਵਿੱਚ ਉਸ ਲਈ ਅਜੇ ਕਸਰ ਸੀ ਜਹਾਜ਼ਾਂ ਦੇ ਕਾਰਖਾਨੇ ਦੇ ਮਾਲਕ ਵਾਂਗ ਉਹ ਜੇ ਪੂਰਾ ਆਦਮੀ ਨਹੀਂ ਸੀ ਬਣਿਆ ਪਾਉਣਾ ਹੀ ਸੀ ਧੰਨਵਾਦ